ਅਜੇ ਦੇ ਵਿੱਚ ਕਮੀਆਂ ਨੇ ਪਰ ਉਹ ਜਨਤਾ ਦੇ ਪ੍ਰਤੀ ਬਹੁਤ ਵਫਾਦਾਰ ਹੈ ਤੇ ਇਹ ਚੀਜ਼ ਉਹ ਲੋਕਾਂ ਨੂੰ ਪਤਾ ਨਾ ਲੱਗੇ ਤਾਂ ਫਿਰ ਲੋਕ ਜਿਹੜੀ ਕਿ ਮੋਰੀ ਗੱਲ ਹੁੰਦੀ ਆ ਉਹ ਵੇਖ ਕੇ ਕਰਦੇ ਆ ਕੰਮ ਇਸੇ ਤਰ੍ਹਾਂ ਦਿਮਾਗ ਦੇ ਉੱਤੇ ਹਰ ਚੀਜ਼ ਅਸਰ ਪਾਉਂਦੀ ਹੈ ਕਰੋਨਾ ਬਹੁਤ ਭਿਆਨਕ ਬਿਮਾਰੀ ਹੈ ਜੀ ਬਹੁਤ ਭਿਆਨਕ ਬਿਮਾਰੀ ਇਹ ਲੁੱਟ ਖਾਲੀਆਂ ਐ ਇੰਨੇ ਅੱਜ ਮੌਤਾਂ ਹੋ ਗਈਆਂ ਬਈ ਯਾਰ ਜਿੰਨੇ ਆ ਮੌਤਾਂ ਹੋ ਗਈਆਂ ਨਾਲ ਕਿੰਨੇ ਮਰੀਜ਼ ਠੀਕ ਹੋ ਰਹੇ ਨੇ ਇਹ ਵੀ ਤਾਂ ਦੱਸੋ ਨਾ ਜੇ ਅਸੀਂ ਮੈਂ ਕਹਿੰਦਾ ਰਾਹਤ ਦੀਆਂ ਖਬਰਾਂ ਦਿੱਤੀਆਂ ਹੁੰਦੀਆਂ ਦੱਸਿਆ ਹੁੰਦਾ ਵੀ ਐਨੇ ਬੰਦੇ ਠੀ ਹੁੰਦੇ ਤਾਂ ਅੱਜ ਸਾਨੂੰ ਆਕਸੀਜਨ ਦੇ ਸਿਲੰਡਰਾਂ ਦੀ ਲੋੜ ਨਾ ਪੈਂਦੀ ਜਦੋਂ ਲੋਕ ਮਰ ਰਹੇ ਹੋਣ ਤੇ ਰਾਜੇ ਆਪਣੀਆਂ ਕੁਰਸੀਆਂ ਪਿੱਛੇ ਲੜਨ ਜਾਂ ਰਾਜੇ ਆਪਣੀ ਐਸ਼ ਪ੍ਰਸਤੀ ਦੀਆਂ ਹੋਰ ਸਮਾਨ ਬਣਾਉਣ ਤਾਂ ਮੈਂ ਸਮਝਾਂਗਾ ਵੀ ਜਾਂ ਤਾਂ ਫਿਰ ਉਹ ਭਿਆਨਕ ਬਿਮਾਰੀ ਨਹੀਂ ਹੈਗੀ ਜਾਂ ਫਿਰ ਮੈਂ ਸਮਝਾਂਗਾ ਵੀ ਇਹ ਰਾਜੇ ਨਹੀਂ ਹੈਗੇ ਇਹਨਾਂ ਰਾਜੇ ਨੇ ਤਾਂ ਜ਼ਿੰਮੇਵਾਰੀ ਦਾ ਠੇਕਾ ਲਿਆ ਨਾ ਬਈ ਲੋਕਾਂ ਦੀ ਸੇਵਾ ਦਾ ਠੇਕਾ ਲਿਆ ਤੇ ਇਹਨਾਂ ਨੂੰ ਤਾਂ ਫਿਰ ਆਪਣੇ ਮੰਤਰੀਆਂ ਸੰਤਰੀਆਂ ਦੇ ਨਾਲ ਨਿਕਲਣਾ ਚਾਹੀਦਾ ਸੀ ਫਰਜ਼ ਬਣਦਾ ਸੀ ਹਾਂ ਉੱਥੇ ਵੰਡਦੇ ਆਰ ਕੁਆਸ਼ਨ ਦਿੰਦੇ ਗਰੀਬਾਂ ਨੂੰ ਦਿਖਾਉਂਦੇ ਤੇ ਇਹਨਾਂ ਨਾਲੋਂ ਮੈਂ ਕਹਿੰਦਾ ਰਾਜੋ ਰਾਜਿਆਂ ਦੇ ਨਾਲੋਂ ਭਿਖਾਰੀ ਚੰਗਾ ਜਿਹੜਾ ਐ ਕਰਦਾ ਤੇ ਅਸੀਂ ਦੋ ਗੱਲ ਦੀ ਦੂਰੀ ਕਰਕੇ ਪੈਸਾ ਦਿੰਨੇ ਆ ਜੇ ਜਦੋਂ ਇਸ ਆਫਤ ਦੇ ਵਿੱਚ ਲੋਕ ਮਰ ਰਹੇ ਨੇ ਸਾਨੂੰ ਵੀ ਭਰੋਸਾ ਨਹੀਂ ਆਪਾਂ ਦਾ ਕੀ ਬਣਨਾ ਹੈ ਤਾਂ ਹੁਣ ਫਿਰ ਇਹ ਇਹ ਮੰਨ ਕੇ ਚੱਲੀਏ ਵੀ ਅਸੀਂ ਇਹਨਾਂ ਰਾਜਿਆਂ ਲਈ ਜਿਹੜੇ ਕੁੱਤੇ ਹੋ ਚੁੱਕੇ ਨੇ ਵੀ ਆਪਣੇ ਬੱਚਿਆਂ ਦੇ ਲਈ ਇੱਕ ਪੋਸਟ ਅਸੀਂ ਵੀ ਛੱਡ ਕੇ ਚਲੀਏ ਲਿਖ ਕੇ ਪਹਿਲਾਂ ਹੀ ਭਈ ਜੇ ਬੇਟਾ ਅਸੀਂ ਮਰ ਗਏ ਤਾਂ ਇਹਦੇ ਜ਼ਿੰਮੇਵਾਰ ਸਾਡੀਆਂ ਸਰਕਾਰਾਂ ਨੇ ਤੇ ਤੁਸੀਂ ਵੱਡੇ ਹੋ ਕੇ ਚੰਗੇ ਲੀਡਰ ਬਣਿਓ ਚੰਗੇ ਇਨਸਾਨ ਬਣਿਓ ਤੇ ਇਹਨਾਂ ਲੀਡਰਾਂ ਨੂੰ ਕੁੱਤੇ ਹੋਿਆਂ ਨੂੰ ਲੀਡਰਾਂ ਨੂੰ ਪੁੱਠੇ ਟੰਗ ਦਿਓ ਉਹਨਾਂ ਵੱਡੇ ਆਦਾਰਿਆਂ ਦੀ ਗੱਲ ਕਰਦੇ ਹੋ ਜਿਨ੍ਹਾਂ ਨੇ ਲੋਕ ਪਿੱਛੇ ਲਗਾਏ ਹੋਏ ਨੇ ਆਪਣੇ ਆਪਣਾ ਧੰਦਾ ਚਲਾ ਰਹੇ ਆ ਤੇ ਸਰਕਾਰ ਉਹਨਾਂ ਤੋਂ ਫਿਰ ਮਦਦ ਦਾ ਦਿਖਾਵਾ ਕਰਦੀ ਆ ਤੇ ਵੋਟਾਂ ਵੇਲੇ ਉਹਨਾਂ ਨੂੰ ਵਰਤਦੀ ਆ ਦਿਖਾ ਪਈ ਆ ਇਹ ਵੋਟਾਂ ਦੇ ਹੁਣ 2000 ਜੇ ਇਹ ਆਫਤ ਕਿਤੇ 17 18 ਦੇ ਵਿੱਚ ਆਈ ਹੁੰਦੀ ਮੈਂ ਕਹਿੰਦਾ ਨਾ ਇਹ ਨਾਮ ਹੀ ਨਹੀਂ ਸੀ ਲੈਣਾ ਇਹਨਾਂ ਨੇ ਪਰ ਉਹ ਦਿਖਾਉਣਾ ਹੁੰਦਾ ਨਾ ਵੀ ਆਹ ਸਤ ਗੁਰੂ ਜੀ ਉਹ ਸਤ ਗੁਰੂ ਜੀ ਹਨਾ ਕਹਿ ਕੇ ਸਤ ਗੁਰੂ ਤਾਂ ਉਹ ਐ ਯਾਰ ਉਹ ਤੋਂ ਮੰਗੋ ਜੇ ਤੁਹਾਡੇ ਕੋਲ ਨਹੀਂ ਹੈਗੀ ਨਾ ਫਿਰ ਜੇ ਤੁਸੀਂ ਹੋਰਾਂ ਤੋਂ ਹੀ ਫਿਰ ਉਹਨਾਂ ਨੂੰ ਐ ਅਸੀਂ ਮੱਖ ਮੰਤਰੀ ਬਣਾ ਦਿੰਦੇ ਆ ਆਖਿਰ ਨੂੰ ਜਿਨ੍ਹਾਂ ਤੋਂ ਤੁਸੀਂ ਮਦਦ ਮੰਗਦੇ ਹੋ ਫਿਰ ਉਹਨਾਂ ਨੂੰ ਨਾ ਮੁੱਖ ਮੰਤਰੀ ਬਣਾ ਦਈਏ ਫਿਰ ਤੁਹਾਨੂੰ ਕਾਹਦੇ ਮੁੱਖ ਮੰਤਰੀ ਬਣਾਇਆ ਜੱਜ ਨੇ ਕਿਸੇ ਮਤਲਬ ਕਿ ਕੈਦੀ ਨੂੰ ਸਜ਼ਾ ਸੁਣਾ ਦਿੱਤੀ ਫਾਂਸੀ ਦੀ ਦੇਣੀ ਆ ਤੇ ਕਿਸੇ ਵਿਗਿਆਨੀ ਨੇ ਇਹ ਟੈਸਟ ਕਰਨਾ ਸੀ ਵੀ ਜਦੋਂ ਬੰਦੇ ਨੂੰ ਡਰਾਇਆ ਜਾਂਦਾ ਹੈ ਪੂਰੀ ਤਰ੍ਹਾਂ ਦੇ ਨਾਲ ਤਾਂ ਉਹਦੀ ਮੌਤ ਕਿਵੇਂ ਹੁੰਦੀ ਹੈ ਤਾਂ ਜੱਜ ਨੂੰ ਉਹਨਾਂ ਨੇ ਅਪੀਲ ਕੀਤੀ ਵੀ ਹੁਣ ਇਹਨੂੰ ਮਾਰਨਾ ਤਾਂ ਹੈ ਹੀ ਆ ਜੀ ਅਸੀਂ ਇੱਕ ਟੈਸਟ ਕਰਨਾ ਚਾਹੁੰਦੇ ਹਾਂ ਉਸੇ ਕੈਦੀ ਤੇ ਜਿਹਨੂੰ ਤੁਸੀਂ ਮਾਰਨਾ ਹੀ ਹਾਂ 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 ਜਿਹਨੂੰ ਮੌਤ ਦੀ ਸਜ਼ਾ ਦਿੱਤੀ ਹੋਈ ਹੈ ਵੀ ਇੱਕ ਕਿੰਨਾ ਕੁ ਪ੍ਰਭਾਵ ਪਾਉਂਦਾ ਹੈ ਡਰ ਤੇ ਉਹਨਾਂ ਨੇ ਕੀ ਕੀਤਾ ਉਹ ਕਹੇ ਉਹਨਾਂ ਨੇ ਉਹਨੂੰ ਦੱਸਤਾ ਵੀ ਸਵੇਰੇ ਤੜਕੇ ਨੂੰ 5 ਵਜੇ 22 ਤੈਨੂੰ ਫਾਂਸੀ ਦੇ ਦੇਣੀ ਪਰ ਤੈਨੂੰ ਫਾਂਸੀ ਸੱਪ ਸੱਪ ਲੜਾ ਕੇ ਦਿੱਤੀ ਜਾਊਗੀ ਸੱਪ ਦਾ ਡੰਗ ਤੇਰੇ ਮਾਰਿਆ ਜਾਊਗਾ ਤੂੰ ਖਤਮ ਹੋ ਜਾਣਾ ਉਹਨਾਂ ਨੇ ਇਹ ਵੀ ਕੀਤਾ ਡਰਾਪਿਆ ਪੂਰਾ ਰਸਵੇਰੇ 5 ਵਜੇ ਆ ਜੀ ਉਹਦੇ ਪੈਰ 'ਚ ਸੂਈ ਮਾਰੀ ਜਾਂਦੀ ਹੈ ਬੰਦਾ ਇੱਕਦਮ ਮਰ ਜਾਂਦਾ ਤੇ ਬਾਅਦ 'ਚ ਜਦੋਂ ਉਹਦਾ ਪੋਸਟਮਾਰਟਮ ਕਰਕੇ ਪਤਾ ਲੱਗਦਾ ਏ ਸੱਪ ਜਿੰਨਾ ਜ਼ਹਿਰ ਨਿਕਲਦਾ ਏ ਤੇ ਉਹ ਡਰ ਦੇ ਨਾਲੇ ਇਸੇ ਤਰ੍ਹਾਂ ਕਰੋਨਾ ਦੇ ਡਰ ਦੇ ਨਾਲ ਲੋਕਾਂ ਨੂੰ ਮਾਰਿਆ ਜਾ ਰਿਹਾ ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਸਤਨਾਮ ਸਿੰਘ ਦੁਨੀਆ ਨੂੰ ਇੱਕ ਭਿਆਨਕ ਬਿਮਾਰੀ ਨੇ ਇਸ ਵੇਲੇ ਜਕੜਿਆ ਹੋਇਆ ਹੈ ਬਹੁਤ ਸਾਰੀਆਂ ਖਬਰਾਂ ਤੁਸੀਂ ਰੋਜ਼ ਦੇਖਦੇ ਹੋ ਕਰੋਨਾ ਨਾਲ ਕਿੰਨੇ ਲੋਕਾਂ ਦੀ ਮੌਤ ਹੋ ਗਈ ਜਾਂ ਕਿੰਨੇ ਲੋਕ ਲੋਕਾਂ ਦੀ ਰਿਕਵਰੀ ਹੋ ਗਈ ਜਾਂ ਉਸ ਦੇ ਨਾਲ ਜੁੜੀਆਂ ਸਿਆਸੀ ਖਬਰਾਂ ਵੀ ਦੇਖਦੇ ਰਹਿੰਦੇ ਹੋ ਤੇ ਇਹ ਚਰਚਾ ਦਾ ਵਿਸ਼ਾ ਜਿੱਥੇ ਪੂਰੀ ਦੁਨੀਆ ਦੇ ਵਿੱਚ ਬਣਿਆ ਹੋਇਆ ਹੈ ਤਾਂ ਹਰ ਖਿੱਤੇ ਦੇ ਵਿੱਚ ਹਰ ਸਟੇਟ ਦੇ ਵਿੱਚ ਇਹਹੀ ਚਰਚਾ ਹੁਣ ਚੱਲਦੀ ਹੈ ਕਿ ਕਰੋਨਾ ਨਾਲ ਅੱਜ ਇਹ ਹੋ ਗਿਆ ਜਾਂ ਕਰੋਨਾ ਨਾਲ ਅੱਜ ਇਹ ਹੋ ਗਿਆ ਜੋ ਚੀਜ਼ਾਂ ਵਾਪਰ ਰਹੀਆਂ ਉਸ ਦੇ ਬਾਰੇ ਵਿੱਚ ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਜਗਦੀਪ ਸਿੰਘ ਥਲੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੋ ਖਬਰਾਂ ਕਰੋਨਾ ਦੇ ਨਾਲ ਅੱਜ ਕੱਲ ਸਮਾਜ ਦੇ ਵਿੱਚ ਚੱਲ ਰਹੀਆਂ ਨੇ ਬਿਮਾਰੀ ਨੂੰ ਲੈ ਕੇ ਜਾਂ ਰਿਕਵਰੀ ਨੂੰ ਲੈ ਕੇ ਜਾਂ ਸਰਕਾਰ ਦੀਆਂ ਗਾਈਡਲਾਈਨਸ ਐ ਇਹ ਸਾਰਾ ਜੋ ਵਰਤਾਰਾ ਵਰਤਾਰੇ ਨੂੰ ਕਿੱਦਾਂ ਦੇਖਦੇ ਹੋ ਕਰੋਨਾ ਇਹ ਤਾਂ ਹੁਣ ਇੰਨਾ ਸਮਾਂ ਹੋ ਗਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਵੀ ਇਹ ਇੱਕ ਭਿਆਨਕ ਬਿਮਾਰੀ ਨਹੀਂ ਹੈ ਜਿੱਥੇ ਇਹ ਭਿਆਨਕ ਬਿਮਾਰੀ ਹੈ ਉੱਥੇ ਇਹ ਹੋਰ ਭਿਆਨਕ ਕਦੋਂ ਹੋ ਜਾਂਦੀ ਹੈ ਇਹਦੇ ਉੱਤੇ ਵੀ ਗੌਰ ਕਰਨ ਵਾਲੀ ਗੱਲ ਸਤਨਾਮ ਕਿਉਂਕਿ ਇਹ ਜਿਹੜੀ ਬਿਮਾਰੀ ਹੈ ਸੱਚਮੁੱਚ ਬਹੁਤ ਘਰ ਉਜਾੜ ਚੁੱਕੀ ਹੈ ਕਈ ਮਾਵਾਂ ਦੇ ਨੇ ਪੁੱਤ ਖੋਲੇ ਆ ਵੀਰ ਖੋਲੇ ਆ ਮਾਵਾਂ ਖੋਲੀਆਂ ਬੱਚੇ ਖੋਲੇ ਹਨ ਪਰ ਇਹ ਭਿਆਨਕ ਕਦੋਂ ਹੁੰਦੀ ਹੈ ਅਸਲ ਦੇ ਵਿੱਚ ਕੋਈ ਚੀਜ਼ ਭਿਆਨਕ ਤੋਂ ਹੋਰ ਭਿਆਨਕ ਕਦੋਂ ਹੁੰਦੀ ਹੈ ਜਦੋਂ ਉਹਦੀ ਗੱਲ ਕੀਤੀ ਜਾਵੇ ਵੀ ਇਹ ਬਹੁਤ ਭਿਆਨਕ ਹੈ ਇਹਦੇ ਨਾਲ ਇਸ ਤਰ੍ਹਾਂ ਹੋ ਜੂਗਾ ਇਹਦੇ ਨਾਲ ਇਸ ਤਰ੍ਹਾਂ ਹੋ ਜੂਗਾ ਜਦੋਂ ਕਿਸੇ ਗੱਲ ਤੁਹਾਡੇ ਕੋਲ ਕੋਈ ਗੱਲ ਹੋਵੇ ਤੇ ਤੁਸੀਂ ਸਿਰਫ ਨੈਗੇਟਿਵਿਟੀ ਦਸੋ ਉਹਦੀ ਜਾਉਂਦੇ ਮਾੜੇ ਪ੍ਰਭਾਵਾਂ ਦੀ ਗੱਲ ਕਰੋ ਤੇ ਚੰਗਾ ਪੱਖ ਸਾਹਮਣੇ ਹੀ ਨਾ ਆਵੇ ਇੱਕ ਰਾਜਾ ਏ ਬਾਈ ਰਾਜਾ ਬਹੁਤ ਜ਼ਾਲਮ ਹੈ ਪਰ ਉਹਦਾ ਇੱਕ ਚੰਗਾ ਪਣ ਵੀ ਏ ਤੁਸੀਂ ਉਸ ਰਾਜੇ ਦੀਆਂ ਸਾਰੀਆਂ ਘਟੀਆਂ ਚੀਜ਼ਾਂ ਲੋਕਾਂ ਨੂੰ ਦੱਸਦੀਆਂ ਲੋਕ ਮਾੜੇ ਬੰਦੇ ਨੂੰ ਜਿਤਾਦੇ ਨੇ ਪਰ ਜੇ ਇੱਕ ਚੀਜ਼ ਜੇ ਉਹਦੇ ਚ ਬਹੁਤ ਸਾਰੇ ਇੱਕ ਰਾਜੇ ਦੇ ਵਿੱਚ ਕਮੀਆਂ ਨੇ ਪਰ ਉਹ ਜਨਤਾ ਦੇ ਪ੍ਰਤੀ ਬਹੁਤ ਵਫਾਦਾਰ ਹੈ ਤੇ ਇਹ ਚੀਜ਼ ਉਹ ਲੋਕਾਂ ਨੂੰ ਪਤਾ ਨਾ ਲੱਗੇ ਤਾਂ ਫਿਰ ਲੋਕ ਜਿਹੜੀ ਕਿ ਮੋਹਰੇ ਗੱਲ ਹੁੰਦੀ ਹੈ ਉਹ ਵੇਖ ਕੇ ਕਰਦੇ ਆ ਕੰਮ ਇਸੇ ਤਰ੍ਹਾਂ ਦਿਮਾਗ ਦੇ ਉੱਤੇ ਹਰ ਇੱਕ ਚੀਜ਼ ਅਸਰ ਪਾਉਂਦੀ ਹੈ ਕਰੋਨਾ ਬਹੁਤ ਭਿਆਨਕ ਬਿਮਾਰੀ ਹੈ ਜੀ ਬਹੁਤ ਭਿਆਨਕ ਬਿਮਾਰੀ ਇਹ ਖਾਲੀਆਂ ਐ ਇੰਨੇ ਅੱਜ ਮੌਤਾਂ ਹੋ ਗਈਆਂ ਬਈ ਯਾਰ ਜਿੰਨੇ ਆ ਮੌਤਾਂ ਹੋ ਗਈਆਂ ਨਾਲ ਕਿੰਨੇ ਮਰੀਜ਼ ਠੀਕ ਹੋ ਰਹੇ ਨੇ ਇਹ ਵੀ ਤਾਂ ਦੱਸੋ ਨਾ ਪੋਜ਼ਿਟਿਵਿਟੀ ਨਹੀਂ ਫਲਾਈ ਜਾ ਰਹੀ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਹਾਂ ਜੇ ਮੰਨ ਲਓ 5000 ਇੱਕ ਦਿਨ ਦੀਆਂ ਮੌਤਾਂ ਹੋ ਰਹੀਆਂ ਤਾਂ ਨਾਲ ਇਹ ਵੀ ਤਾਂ ਦੱਸੋ ਯਾਰ ਵੀ 3 ਲੱਖ ਬੰਦਾ ਠੀਕ ਵੀ ਹੋਇਆ ਭਾ ਤੇ 3 ਲੱਖ ਦੇ ਵਿੱਚੋਂ 5000 ਤੇ ਪਿਛੋਕੜ ਸਮਿਆਂ ਦੇ ਵਿੱਚ 5 ਸਾਲ ਦੇ ਵਿੱਚ ਡਾਟਾ ਕੀ ਰਹਿੰਦਾ ਜੇ ਆਮ ਜਦੋਂ ਕਰੋਨਾ ਨਹੀਂ ਸੀ ਤਾਂ ਇੱਕ ਦਿਨ ਦੀਆਂ ਮੌਤਾਂ ਲਗਭਗ ਕਿੰਨੀਆਂ ਹੁੰਦੀਆਂ ਸੀ 130 ਕਰੋੜ ਦੀ ਆਬਾਦੀ ਦੇ ਵਿੱਚੋਂ ਆਮ ਬਿਮਾਰੀਆਂ ਦੇ ਨਾਲ ਵੀ ਤਾਂ ਉਦੋਂ 12000 ਬੰਦਾ ਤਾਂ ਮਰਦਾ ਹੀ ਹੋਗਾ ਰਹਿੰਦਾ ਰਹਿੰਦਾ ਹੋਗਾ ਤੇ ਹੁਣ ਕਹਿੰਦੇ ਜੀ ਕਰੋਨਾ ਦੇ ਨਾਲ ਮਰ ਗਿਆ ਤੇ ਇੱਕ ਤਾਂ ਕਰੋਨਾ ਦਾ ਨਾਮ ਫੇ ਮੂਹਰੇ ਕਰ ਦਿੰਦੇ ਨਾਲ ਇਹ ਨਹੀਂ ਦੱਸਿਆ ਜਾਂਦਾ ਬਈ ਹੋਰ ਬੰਦੇ ਨੂੰ ਬਈ ਕਿੰਨੀਆਂ ਹੋਰ ਬਿਮਾਰੀਆਂ ਸੀਗੀਆਂ ਤੇ ਜੇਕਰ ਮਰੇ ਆ ਤੰਦਰੁਸਤ ਕਿੰਨੇ ਮਰੇ ਆ ਇਹ ਵੀ ਡਾਟਾ ਸਰਕਾਰਾਂ ਅੱਜ ਦੱਸਣ ਤਾਂ ਕਿ ਲੋਕਾਂ ਦੇ ਵਿੱਚ ਜੋ دہشت ਬਣੀ ਹੋਈ ਹੈ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਲੋਕਾਂ ਨੂੰ ਡਰਾ ਕੇ ਮਾਸਕ ਪਾਉਣੇ ਜਿੱਥੇ ਸਰਕਾਰਾਂ ਦੀ ਜ਼ਿੰਮੇਵਾਰੀ ਉੱਥੇ ਸਰਕਾਰਾਂ ਦੀ ਜ਼ਿੰਮੇਵਾਰੀ ਇਹ ਵੀ ਹੈ ਵੀ ਲੋਕਾਂ ਨੂੰ ਇਹਦੇ ਚੰਗੇ ਪਰ ਉਹਦਾ ਵੀ ਦੱਸਿਆ ਜਾਵੇ ਚੰਗੇ ਨਹੀਂ ਦਾ ਮਤਲਬ ਹੈ ਬਈ ਰਹਾਦੀਆਂ ਗੱਲਾਂ ਵੀ ਦੱਸੀਆਂ ਜਾਣ ਬਈ ਬਾਈ ਠੀਕ ਹੈ ਇਹਦਾ ਪ੍ਰਕੋਸ਼ਨ ਬਹੁਤ ਜ਼ਰੂਰੀ ਹੈ ਪਰ ਜਿੱਥੇ ਅਸੀਂ ਮਾਸਕ ਪਾਉਣਾ ਹੈ ਤਾਂ ਉੱਥੇ ਜੇ ਪ੍ਰਮਾਤਮਾ ਨਾ ਕਰੇ ਕਿਸੇ ਘਰ ਦੇ ਵਿੱਚ ਇਹ ਬਿਮਾਰੀ ਮਹਾਮਾਰੀ ਆ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਡਰਨਾ ਨਹੀਂ ਹੈਗਾ ਬੀਹੇ ਜਿੱਥੇ-ਜਿੱਥੇ ਮੌਤ ਹੋਈ ਹੈ ਤਾਂ ਆਹ ਲੋਕਾਂ ਨੂੰ ਹੋਈ ਹੈ ਕੋਈ ਇੰਨੇ ਨਸ਼ੇ ਦਾ ਸੇਵਨ ਕਰਦਾ ਸੀ ਕੋਈ ਕਿਸੇ ਦੇ ਫੇਫੜੇ ਕਿਡਨੀਆਂ ਖਰਾਬ ਸੀਗੀਆਂ ਤੇ ਉਸ ਬੰਦੇ ਨੇ ਚਲਣਾ ਸੀ ਆਖਿਰ ਬਹੁਤ ਸਾਰੀਆਂ ਗੱਲਾਂ ਇਹ ਵੀ ਆ ਬਾਅਦ ਦੇ ਵਿੱਚ ਆ ਜਾਂਦੀਆਂ ਵੀ ਇਹ ਤਾਂ ਡਾਕਟਰ ਨੇ ਜਾਣ ਬੁੱਝ ਕੇ ਜੀ ਕਰੋਨਾ ਚ ਪਾ ਦਿੱਤਾ ਤੇ ਮੇਰੇ ਕਹਿਣ ਦਾ ਮਤਲਬ ਆ ਵੀ ਜਿੱਥੇ ਇਸ ਬਿਮਾਰੀ ਤੋਂ ਅਸੀਂ ਹਰ ਤਰ੍ਹਾਂ ਦਾ ਪ੍ਰਕੋਸ਼ਨ ਲੈਣਾ ਹੈ ਹੱਥ ਵਾਰ-ਵਾਰ ਧੋਣੇ ਆ ਚੰਗੀ ਗੱਲ ਐ ਮਾਸਕ ਵੀ ਅਸੀਂ ਪਾਉਣਾ ਹੈ WHO ਦੀਆਂ ਗਾਈਡਲਾਈਨਸ ਆ ਤਾਂ ਉੱਥੇ ਆਪਾਂ ਇਹ ਵੀ ਦੱਸਣਾ ਹੈ ਵੀ ਭਾਈ ਇੰਨੇ ਬੰਦੇ ਰੋਜ਼ ਠੀਕ ਹੁੰਦੇ ਆ ਮੈਂ ਜ਼ਰੂਰ ਲੋਕਾਂ ਨੂੰ ਵੀ ਬੇਨਤੀ ਕਰਾਂਗਾ ਮੀਡੀਆ ਨੂੰ ਵੀ ਜ਼ਰੂਰ ਚਾਹੀਦਾ ਵੀ ਰਾਹਤ ਦੀਆਂ ਖਬਰਾਂ ਵੀ ਦਿੱਤੀ ਜਾਣ ਜੇ ਅਸੀਂ ਮੈਂ ਕਹਿੰਦਾ ਰਾਹਤ ਦੀਆਂ ਖਬਰਾਂ ਦਿੱਤੀਆਂ ਹੁੰਦੀਆਂ ਦੱਸਿਆ ਹੁੰਦਾ ਵੀ ਆ ਇੰਨੇ ਬੰਦੇ ਠੀਕ ਹੁੰਦੇ ਤਾਂ ਅੱਜ ਸਾਨੂੰ ਆਕਸੀਜਨ ਦੇ ਸਿਲੰਡਰਾਂ ਦੀ ਲੋੜ ਨਾ ਪੈਂਦੀ ਜੇ ਆਕਸੀਜਨ ਦੇ ਸਿਲੰਡਰਾਂ ਦੀ ਸਾਨੂੰ ਲੋੜ ਪਈ ਹੈ ਤਾਂ ਉਹਦਾ ਕਾਰਨ ਇਹੀ ਆ ਵੀ ਅਸੀਂ ਬਹੁਤ ਜ਼ਿਆਦਾ ਡਰ ਪੈਦਾ ਕਰਤਾ ਲੋਕਾਂ ਦੇ ਮਨਾਂ ਦੇ ਵਿੱਚ ਤੇ ਉਹ ਡਰ ਦੇ ਨਾਲ ਹੀ ਵਿਚਾਰਿਆਂ ਦੇ ਕਈਆਂ ਦੇ ਸਾਹ ਸੁੱਕਦੇ ਆ ਇੱਕ ਮੈਨੂੰ ਇਲੈਕਟ੍ਰੋਪੈਥੀ ਦੇ ਡਾਕਟਰ ਨੇ ਖਾਲਸਾ ਜੀ ਨੇ ਧਰਮਕੋੜ ਤੋਂ ਉਹਨਾਂ ਨੇ ਦੱਸਿਆ ਉਹ ਕਹਿੰਦੇ ਅੰਕੜਾ ਦੇਖੋ ਪਿੱਛੇ ਮਾਰਚ ਤੋਂ ਲੈ ਕੇ ਮਈ ਜੂਨ ਤੱਕ ਹਰ ਸਾਲ ਆਕਸੀਜਨ ਘਟਦੀ ਏ ਲੋਕਾਂ ਦੀ ਬਿਮਾਰ ਹੁੰਦੇ ਵਾਇਰਲ ਹੁੰਦੇ ਆ ਤੇ ਉਹਦਾ ਕਾਰਨ ਹੁੰਦਾ ਉਹਨਾਂ ਦੇ ਸੈੱਲ ਘਟਨੇ ਤੇ ਤੇ ਨੋਰਮਲ ਹੁੰਦਾ ਚ ਹੁੰਦੀ ਕਹਿੰਦੇ ਉਹੀ ਮਤਲਬ ਕਿ ਇਹ ਕਰੋਨਾ ਆ ਗਿਆ ਤੇ ਜਦੋਂ ਨਾਲ ਕਰੋਨਾ ਦਾ ਆ ਜਾਂਦਾ ਬੰਦਾ ਹੋਰ ਘਬਰਾ ਜਾਂਦਾ ਤੇ ਉਹ ਫਿਰ ਡੈਥ ਹੋ ਜਾਂਦੀ ਉਹਦੀ ਇੱਕ ਮੈਂਥ ਉਦਾਹਰਨ ਦੇਣੀ ਚਾਹੁੰਦਾ ਇੱਕ ਜੱਜ ਨੇ ਕਿਸੇ ਮਤਲਬ ਕਿ ਕੈਦੀ ਨੂੰ ਸਜ਼ਾ ਸੁਣਾ ਦਿੱਤੀ ਫਾਂਸੀ ਦੀ ਦੇਣੀ ਆ ਤੇ ਕਿਸੇ ਵਿਗਿਆਨੀ ਨੇ ਇਹ ਟੈਸਟ ਕਰਨਾ ਸੀ ਵੀ ਜਦੋਂ ਬੰਦੇ ਨੂੰ ਡਰਾਇਆ ਜਾਂਦਾ ਹੈ ਪੂਰੀ ਤਰ੍ਹਾਂ ਦੇ ਨਾਲ ਤਾਂ ਉਹਦੀ ਮੌਤ ਕਿਵੇਂ ਹੁੰਦੀ ਹੈ ਤਾਂ ਜੱਜ ਨੂੰ ਉਹਨਾਂ ਨੇ ਅਪੀਲ ਕੀਤੀ ਵੀ ਹੁਣ ਇਹਨੂੰ ਮਾਰਨਾ ਤਾਂ ਹੈ ਹੀ ਆ ਜੀ ਅਸੀਂ ਇੱਕ ਟੈਸਟ ਕਰਨਾ ਚਾਹੁੰਦੇ ਹਾਂ ਉਸੇ ਕੈਦੀ ਤੇ ਜਿਹਨੂੰ ਤੁਸੀਂ ਮਾਰਨਾ ਹੀ ਮੌਤ ਦੀ ਸਜ਼ਾ ਹਾਂ ਹਾਂ ਜਿਹਨੂੰ ਮੌਤ ਦੀ ਸਜ਼ਾ ਦਿੱਤੀ ਹੋਈ ਹੈ ਵੀ ਇਹ ਕਿੰਨਾ ਕੁ ਪ੍ਰਭਾਵ ਪਾਉਂਦਾ ਹੈ ਡਰ ਤੇ ਉਹਨਾਂ ਨੇ ਕੀ ਕੀਤਾ ਉਹ ਕਹਿੰ ਉਹਨਾਂ ਨੇ ਉਹਨੂੰ ਦੱਸਤਾ ਵੀ ਸਵੇਰੇ ਤੜਕੇ ਨੂੰ 5 ਵਜੇ 22 ਤੈਨੂੰ ਫਾਂਸੀ ਦੇ ਦੇਣੀ ਹੈ ਪਰ ਤੈਨੂੰ ਫਾਂਸੀ ਸੱਪ ਸੱਪ ਲੜਾ ਕੇ ਦਿੱਤੀ ਜਾਊਗੀ ਸੱਪ ਦਾ ਡੰਗ ਤੇਰੇ ਮਾਰਿਆ ਜਾਊਗਾ ਤੂੰ ਖਤਮ ਹੋ ਜਾਣਾ ਉਹਨਾਂ ਨੇ ਐਵੇਂ ਹੀ ਕੀਤਾ ਡਰਾਤਿਆ ਪੂਰਾ ਰਾ ਸਵੇਰੇ 5 ਵਜੇ ਆ ਜੀ ਉਹਦੇ ਪੈਰ 'ਚ ਸੂਈ ਮਾਰੀ ਜਾਂਦੀ ਹੈ ਬੰਦਾ ਇੱਕਦਮ ਮਰ ਜਾਂਦਾ ਤੇ ਬਾਅਦ 'ਚ ਜਦੋਂ ਉਹਦਾ ਪੋਸਟਮਾਰਟਮ ਕਰਕੇ ਪਤਾ ਲੱਗਦਾ ਏ ਸੱਪ ਜਿੰਨਾ ਜ਼ਹਿਰ ਨਿਕਲਦਾ ਏ ਤੇ ਉਹ ਡਰ ਦੇ ਨਾਲੇ ਇਸੇ ਤਰ੍ਹਾਂ ਕਰੋਨਾ ਦੇ ਡਰ ਦੇ ਨਾਲ ਲੋਕਾਂ ਨੂੰ ਮਾਰਿਆ ਜਾ ਰਿਹਾ ਕਰੋਨਾ ਇਹ ਨਹੀਂ ਮੈਂ ਕਹਿੰਦਾ ਵੀ ਹੈ ਨਹੀਂ ਜੇ ਹੈ ਆ ਡਾਕਟਰ ਵੱਡੇ ਵੱਡੇ ਮੰਨਦੇ ਆ ਯਾਰ ਆਖੀਰ ਨੂੰ ਤੜਪ ਤੜਪ ਲੋਕ ਮਰ ਰਹੇ ਆ ਪਰ ਇੰਨੇ ਨਾ ਮਰਨ ਜਿੰਨੇ ਡਰਾ ਕੇ ਮਰ ਰਹੇ ਬਾਈ ਤੁਸੀਂ ਕਹਿ ਰਹੇ ਹੋ ਕਿ ਡਰ ਦਾ ਮਾਹੌਲ ਨਹੀਂ ਪੈਦਾ ਕੀਤਾ ਜਾਣਾ ਚਾਹੀਦਾ ਲੋਕਾਂ ਨੂੰ ਹੌਸਲਾ ਦੇਣਾ ਚਾਹੀਦਾ ਤਾਂ ਕਿ ਲੋਕ ਜਿਹੜੇ ਬਿਮਾਰੀ ਨਾਲ ਲੜਨ ਦੀ ਸਮਰੱਥਾ ਉਹਨਾਂ ਦੇ ਵਿੱਚ ਆਵੇ ਸਰਕਾਰ ਤੁਸੀਂ ਗੱਲ ਕਰ ਰਹੇ ਹੋ ਲੋਕੀ ਵੀ ਇਹ ਚੀਜ਼ ਸਮਝਦੇ ਆ ਗੱਲ ਤੁਸੀਂ ਕਹੀ ਤਾਂ ਮੇਰੇ ਖਾਨੇ ਵੀ ਪੈਂਦੀ ਹੈ ਤੇ ਸਰਕਾਰ ਆਪਣੀ ਜ਼ਿੰਮੇਵਾਰੀ ਨਹੀਂ ਲੈਣਾ ਚਾਹਦੀ ਸਰਕਾਰ ਨੂੰ ਇਹ ਤਾਂ ਨਹੀਂ ਕਿ ਉਹਨਾਂ ਨੂੰ ਇੱਕ ਮੌਕਾ ਮਿਲ ਜਾਂਦਾ ਹੈ ਇਸ ਦੇ ਵਿੱਚੋਂ ਜਦੋਂ ਕੋਈ ਇਸ ਤਰ੍ਹਾਂ ਦੀ ਬਿਮਾਰੀ ਆਂਦੀ ਹੈ ਆਪਣੇ ਸਿਆਸੀ ਇਲਾਹੇ ਲੈਣ ਦਾ ਜਾਂ ਡਾਕਟਰ ਭਾਵੇਂ ਰੱਬ ਦਾ ਰੂਪ ਨੇ ਪਰ ਬਹੁਤ ਸਾਰੀਆਂ ਖਬਰਾਂ ਇਦਾਂ ਦੀਆਂ ਵੀ ਲੋਕਾਂ ਦੇ ਵਿੱਚ ਫੁਹਾਹਾਂ ਬਣੀਆਂ ਰਹਿੰਦੀਆਂ ਕਿ ਕਰੋਨਾ ਦੀ ਆੜ ਦੇ ਵਿੱਚ ਅੰਗਾਂ ਦੀ ਤਸਕਰੀ ਹੁੰਦੀ ਹੈ ਜਿਸ ਤਰ੍ਹਾਂ ਦੇ ਮੁੱਦੇ ਇਹ ਤਾਂ ਨਹੀਂ ਲੱਗਦਾ ਕਿ ਜਦੋਂ ਕੋਈ ਬਿਮਾਰੀ ਆਂਦੀ ਹੈ ਤਾਂ ਸਮਝਦੇ ਤਾਂ ਇਸ ਗੱਲ ਨੂੰ ਸਾਰੇ ਲੋਕ ਹੈ ਪਰ ਇਹ ਤਾਂ ਨਹੀਂ ਕਿ ਉਦੀ ਆੜ ਦੇ ਵਿੱਚ ਫਿਰ ਇਸ ਤਰ੍ਹਾਂ ਦੇ ਕੰਮ ਚੱਲਣੇ ਸ਼ੁਰੂ ਹੋ ਜਾਂਦੇ ਸਰਕਾਰੀ ਲਾਹੇ ਸਿਆਸੀ ਲਾਹੇ ਲਏ ਜਾਂਦੇ ਨੇ ਜਾਂ ਪੈਸਾ ਕਮਾਇਆ ਜਾਂਦਾ ਕਿਉਂਕਿ ਲੋਕ ਜਦੋਂ ਦੇਖਦੇ ਇਸ ਤਰ੍ਹਾਂ ਦੀ ਆਫਤ ਕੋਈ ਆਉਂਦੀ ਆ ਤਾਂ ਚੀਜ਼ਾਂ ਦੇ ਰੇਟ ਦੁੱਗਣੇ ਹੋ ਜਾਂਦੇ ਆ ਲੋਕੀ ਉਹਨਾਂ ਲੋਕਾਂ ਨਾਲ ਗਰੀਬਾਂ ਦੀ ਜਿਹੜੀ ਹੈਗੀ ਹੈਲਪ ਨਹੀਂ ਕਰਨਾ ਚਾਹੁੰਦੇ ਸਹਾਇਤਾ ਨਹੀਂ ਕਰਨਾ ਚਾਹੁੰਦੇ ਮਦਦ ਕਰਨ ਦੇ ਰੂਪ ਦੇ ਵਿੱਚ ਸਾਹਮਣੇ ਨਹੀਂ ਆਉਂਦੇ ਸਗੋਂ ਲੁੱਟਾਈ ਸ਼ੁਰੂ ਹੋ ਜਾਂਦੀ ਹੈ ਬਈ ਜਿਹੜੀ ਇਹ ਗੱਲ ਤੁਸੀਂ ਕੀਤੀ ਹੈ ਤਸਕਰੀ ਵਗੈਰਾ ਦੀ ਇਹ ਡਾਕਟਰਾਂ ਦਾ ਹੋ ਸਕਦਾ ਹੈ ਪਰ ਜੇ ਸਰਕਾਰਾਂ ਇੰਨੇ ਜ਼ਿਆਦਾ ਥੱਲੇ ਗਿਰ ਜੇ ਤਾਂ ਇਹ ਬਹੁਤ ਮਾੜੀ ਗੱਲ ਹੈ ਪਰ ਜਿਹੜਾ ਤੁਸੀਂ ਗੱਲ ਕੀਤੀ ਹੈ ਵੀ ਇਹ ਲਾਹ ਪ੍ਰਵਾਹ ਕਿਉਂ ਹੈ ਪਰ ਮੈਂ ਇੰਨਾ ਸਮਝਦਾ ਵੀ ਜਦੋਂ ਤੁਸੀਂ ਇਹ ਵੀ ਕਹਿੰਦੇ ਹੋ ਇੱਕ ਪਾਸੇ ਤਾਂ ਕਿਹਾ ਜਾਂਦਾ ਵੀ ਕਰੋਨਾ ਬਹੁਤ ਭਿਆਨਕ ਬਿਮਾਰੀ ਹੈ ਤੇ ਦੂਜੇ ਪਾਸੇ ਮਰ ਰਹੇ ਲੋਕਾਂ ਨੂੰ ਨਹੀਂ ਪੁੱਛਿਆ ਜਾਂਦਾ ਰਾਜੇ ਆਪਣੀਆਂ ਕੁਰਸੀਆਂ ਪਿੱਛੇ ਲੜ ਰਹੇ ਆ ਕਿਸੇ ਰਾਜੇ ਦਾ ਘਰ ਬਣ ਰਿਹਾ ਹੈ ਤੇ ਜਦੋਂ ਲੋਕ ਮਰ ਰਹੇ ਹੋਣ ਤੇ ਰਾਜੇ ਆਪਣੀਆਂ ਕੁਰਸੀਆਂ ਪਿੱਛੇ ਲੜਨ ਜਾਂ ਰਾਜੇ ਆਪਣੀ ਐਸ਼ ਪ੍ਰਸਤੀ ਦੀਆਂ ਹੋਰ ਸਮਾਨ ਬਣਾਉਣ ਤਾਂ ਮੈਂ ਸਮਝਾਂਗਾ ਵੀ ਜਾਂ ਤਾਂ ਫਿਰ ਉਹ ਭਿਆਨਕ ਬਿਮਾਰੀ ਨਹੀਂ ਹੈਗੀ ਜਾਂ ਫਿਰ ਮੈਂ ਸਮਝਾਂਗਾ ਵੀ ਇਹ ਰਾਜੇ ਨਹੀਂ ਹੈਗੇ ਇਹ ਲੋਕ ਇਹਨਾਂ ਰਾਜਿਆਂ ਨਾਲੋਂ ਭਿਖਾਰੀ ਚੰਗਾ ਬਾਈ ਇਹਨਾਂ ਰਾਜਿਆਂ ਨੇ ਤਾਂ ਜ਼ਿੰਮੇਵਾਰੀ ਦਾ ਠੇਕਾ ਲਿਆ ਨਾ ਬਈ ਲੋਕਾਂ ਦੀ ਸੇਵਾ ਦਾ ਠੇਕਾ ਲਿਆ ਤੇ ਇਹਨਾਂ ਨੂੰ ਤਾਂ ਫਿਰ ਆਪਣੇ ਮੰਤਰੀਆਂ ਸੰਤਰੀਆਂ ਦੇ ਨਾਲ ਨਿਕਲਣਾ ਚਾਹੀਦਾ ਸੀ ਫਰਜ਼ ਬਣਦਾ ਸੀ ਆ ਉੱਥੇ ਵੰਡਦੇ ਯਾਰ ਕੁਆਸ਼ਨ ਦਿੰਦੇ ਗਰੀਬਾਂ ਨੂੰ ਦਿਖਾਉਂਦੇ ਤੇ ਇਹਨਾਂ ਨਾਲੋਂ ਮੈਂ ਕਹਿੰਦਾ ਰਾਜੋ ਰਾਜਿਆਂ ਦੇ ਨਾਲੋਂ ਭਿਖਾਰੀ ਚੰਗਾ ਜਿਹੜਾ ਐਂ ਕਰਦਾ ਤੇ ਅਸੀਂ ਦੋ ਗੱਲ ਦੀ ਦੂਰੀ ਕਰਕੇ ਪੈਸਾ ਦਿੰਨੇ ਆ ਤੇ ਉਹ ਐਵੇਂ ਖੋਹਦਾ ਨਹੀਂ ਆ ਹੱਥੋਂ ਤੇ ਐਵੇਂ ਕਰਦਾ ਤੇ ਤੇ ਇਹ ਰਾਜਿਆਂ ਨਾਲੋਂ ਭਿਖਾਰੀ ਚੰਗਾ ਪਰ ਜੇ ਇਹ ਰਾਜੇ ਇਸ ਤਰ੍ਹਾਂ ਕਰਦੇ ਤੇ ਇਹਨਾਂ ਰਾਜਿਆਂ ਦੇ ਹੁਕਮਾਂ ਤੋਂ ਬਾਅਦ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਜ਼ਬਰਦਸਤੀ ਚਲਾਨਾਂ ਦੇ ਰੂਪ ਦੇ ਵਿੱਚ ਪੈਸੇ ਖੋਏ ਜਾਂਦੇ ਆ ਤਾਂ ਫਿਰ ਇਹ ਰਾਜੇ ਰਾਜੇ ਨਹੀਂ ਆ ਬੇਸ਼ੱਕ ਜਿੰਨੀਆਂ ਮਰਜ਼ੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਗੱਲਾਂ ਕਰੀ ਜਾਣ ਜਿੰਨਾ ਮਰਜ਼ੀ ਗੁਰੂ ਨਾਨਕ ਦੇਵ ਜੀ ਦੀਆਂ ਜਨਮ ਦਿਨਾਂ ਦੇ ਉੱਤੇ ਪੋਸਟਾਂ ਪਾਈ ਜਾਣ ਬਸ ਇਹਨਾਂ ਨੂੰ ਵੋਟਾਂ ਦਾ ਲਾਹਾ ਹੁੰਦਾ ਹੈ ਤੇ ਵੋਟਾਂ ਕਰਕੇ ਇਹ ਕਰਦਾ ਕਿਉਂਕਿ ਹੁਣ ਜਦੋਂ ਇਸ ਆਫਤ ਦੇ ਵਿੱਚ ਮਰ ਰਹੀ ਨੇ ਲੋਕ ਤਾਂ ਇੱਕ ਉਹ ਰਾਹੁਲ ਵੋਰਾ ਮੁੰਡਾ ਯੂਟਿਊਬਰ ਕੱਲ ਮਰਿਆ ਵਿਚਾਰਾ ਹਾਂ ਤੇ ਉਹ ਉਹਨੇ ਮਰਨ ਤੋਂ ਪਹਿਲਾਂ ਇਹ ਪਾਇਆ ਵੀ ਜੀ ਜੇ ਮੈਨੂੰ ਵੀ ਚੰਗਾ ਟ੍ਰੀਟਮੈਂਟ ਮਿਲ ਜਾਂਦਾ ਮੈਂ ਵੀ ਬਚ ਜਾਂਦਾ ਮੈਂ ਫੇਰ ਜਨਮ ਲਵਾਂਗਾ ਚੰਗਾ ਇਨਸਾਨ ਬਣੂੰਗਾ ਤਾਂ ਹੁਣ ਮੈਂ ਇਹ ਇਹ ਚਾਹੁੰਦਾ ਵੀ ਜਦੋਂ ਇਸ ਆਫਤ ਦੇ ਵਿੱਚ ਲੋਕ ਮਰ ਰਹੇ ਨੇ ਸਾਨੂੰ ਵੀ ਭਰੋਸਾ ਨਹੀਂ ਆਪਾਂ ਦਾ ਕੀ ਬਣਨਾ ਹੈ ਤਾਂ ਹੁਣ ਫਿਰ ਇਹ ਇਹ ਮੰਨ ਕੇ ਚੱਲੀਏ ਵੀ ਅਸੀਂ ਇਹਨਾਂ ਰਾਜਿਆਂ ਲਈ ਜਿਹੜੇ ਕੁੱਤੇ ਹੋ ਚੁੱਕੇ ਨੇ ਵੀ ਆਪਣੇ ਬੱਚਿਆਂ ਦੇ ਲਈ ਇੱਕ ਪੋਸਟ ਅਸੀਂ ਵੀ ਛੱਡ ਕੇ ਚੱਲੀਏ ਲਿਖ ਕੇ ਪਹਿਲਾਂ ਹੀ ਵੀ ਜੇ ਬੇਟਾ ਅਸੀਂ ਮਰ ਗਏ ਤਾਂ ਇਹਦੇ ਜ਼ਿੰਮੇਵਾਰ ਸਾਡੀਆਂ ਸਰਕਾਰਾਂ ਨੇ ਤੇ ਤੁਸੀਂ ਵੱਡੇ ਹੋ ਕੇ ਚੰਗੇ ਲੀਡਰ ਬਣਿਓ ਚੰਗੇ ਇਨਸਾਨ ਬਣਿਓ ਤੇ ਇਹਨਾਂ ਲੀਡਰਾਂ ਨੂੰ ਕੁੱਤੇ ਹੋਿਆਂ ਨੂੰ ਲੀਡਰਾਂ ਨੂੰ ਪੁੱਠੇ ਟੰਗ ਦਿਓ ਤੇ ਇਹਨਾਂ ਦੀ ਬਣਦੀ ਸਜ਼ਾ ਦਿੱਤੀ ਜਾਵੇ ਫਿਰ ਸਾਨੂੰ ਮਜਬੂਰੀ 'ਚ ਆਪਣੇ ਆਪਣੇ ਬੱਚਿਆਂ ਨੂੰ ਲਿਖਣੀਆਂ ਪੈਣੀਆਂ ਪੋਸਟਾਂ ਮਰਨ ਲਈ ਤੇ ਫਿਰ ਜਦੋਂ ਅਸੀਂ ਆਪਣੇ ਬੱਚਿਆਂ ਦੇ ਲਈ ਇਹ ਚੀਜ਼ਾਂ ਲਿਖ ਕੇ ਜਾਵਾਂਗੇ ਉਹਨਾਂ ਦੇ ਅੰਦਰ ਇੱਕ ਦਰਦ ਉੱਠੂਗਾ ਵੀ ਨਾ ਲੀਡਰਾਂ ਕਰਕੇ ਸਾਡੇ ਮਾਪੇ ਮਰੇ ਸੀਗੇ ਜਦੋਂ ਉਹ ਬਿਮਾਰੀ ਚੱਲਦੀ ਸੀ ਤਾਂ ਇਹ ਆਪਣੀਆਂ ਕੁਰਸੀਆਂ ਪਿੱਛੇ ਲੜਦੇ ਸੀਗੇ ਤੇ ਸਾਡੇ ਮਾਪੇ ਬਿਮਾਰੀ ਲਈ ਤਰ ਤੜਕੇ ਮਰ ਗਏ ਤੇ ਫੇਰ ਇੱਕ ਨਵੀਂ ਜਾਗਰਤੀ ਜਿਹੜੀ ਹੈਗੀ ਉਹਦੇ ਵਿੱਚੋਂ ਨਵੇਂ ਲੋਕ ਉੱਪਜੂਗੇ ਮੈਨੂੰ ਲੱਗਦਾ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਲਿਖਣਾ ਪਏਗਾ ਪਰ ਹਾਲਾਤ ਤਾਂ ਅੱਜ ਸਾਡੇ ਸਾਹਮਣੇ ਆ ਨਾ ਹਾਲਾਤ ਅਸੀਂ ਦੇਖ ਰਹੇ ਹਾਂ ਸਾਰਾ ਕਿ ਜਿਹੜੇ ਰਾਜਨੀਤਿਕ ਆਗੂ ਨੇ ਧਿਰਾਂ ਹੈਗੀਆਂ ਰਾਜਨੀਤਿਕ ਲੋਕ ਆ ਆਪਣਾ ਉਹ ਫਰਜ਼ ਨਹੀਂ ਨਿਭਾ ਰਹੇ ਫਿਰ ਅੱਜ ਸਾਡੇ ਲੋਕਾਂ ਨੂੰ ਸਮਝਣ ਦੀ ਲੋੜ ਨਹੀਂ ਹੈਗੀ ਅੱਗੇ ਵੋਟਾਂ ਵੀ ਨੇੜੇ ਆ ਰਹੀਆਂ ਨੇ ਤੇ ਉਹਨਾਂ ਨੂੰ ਅੱਜ ਹੀ ਸਮਝ ਲੈਣਾ ਚਾਹੀਦਾ ਲਿਖਣ ਦੀ ਨੌਬਤ ਹੀ ਨਾ ਆਵੇ ਭਾਈ ਜਿਹੜੇ ਅੱਜ ਸਮਝਣ ਦੀ ਲੋੜ ਆਪਾਂ ਕਹਿੰਦੇ ਆ ਨਾ ਜਿਹੜੇ ਅੱਜ ਦੇ ਨੌਜਵਾਨ ਜਾਂ ਹੋਰ ਵੱਡੇ ਪੱਧਰ ਤੇ ਉਹ ਇਸ ਕਦਰ ਚਮਚੇ ਹੋ ਕੇ ਜੁੜੇ ਹੋਏ ਆ ਨਾ ਇਹਨਾਂ ਲੋਕਾਂ ਦੇ ਨਾਲ ਉਹਨਾਂ ਨੂੰ ਲੱਗਦਾ ਭਾਈ ਨਹੀਂ ਜਨਤਾ ਤਾਂ ਮੂਰਖ ਹੈ ਪਰ ਜਦੋਂ ਅਸੀਂ ਆਪਣੇ ਬੱਚੇ ਹੈ ਸਾਡੇ ਬੱਚੇ ਛੋਟੇ ਆ ਹਲੇ ਉਹਨਾਂ ਨੂੰ ਨਹੀਂ ਪਤਾ 5-5 4-4 ਸਾਲ ਉਮਰ ਦੇ ਵਿੱਚ ਨਹੀਂ ਪਤਾ ਪਰ ਜਦੋਂ ਅਸੀਂ ਇਹ ਲਿਖ ਕੇ ਜਾਵਾਂਗੇ ਨਾ ਵੀ ਜੇ ਸਾਡੀ ਬੇਟੇ ਅੱਜ ਮੌਤ ਹੋ ਗਈ ਹਸਪਤਾਲ ਦੇ ਵਿੱਚ ਤੇ ਆ ਆ ਲੀਡਰਾਂ ਕਰਕੇ ਹੋਈ ਐ ਸਾਡੀਆਂ ਨਕਮੀਆਂ ਸਰਕਾਰਾਂ ਕਰਕੇ ਹੋਈ ਐ ਤੇ ਤੁਸੀਂ ਚੰਗੇ ਲੀਡਰ ਬਣਨਾ ਹੈ ਤੁਸੀਂ ਚੰਗੀ ਗੁਰਨਾਨਕ ਦੀ ਜੇ ਗੱਲ ਕਰਨੀ ਆ ਤਾਂ ਉਹ ਕਮਾਉਣੀ ਵੀ ਐ ਉਹ ਵੰਡਣੀ ਵੀ ਆ ਸੀ ਜਿਵੇਂ ਉਪਦੇਸ਼ ਗੁਰੂ ਸਾਹਿਬ ਦੇ ਕਹਿੰਦੇ ਆ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਤਾਂ ਉਹ ਆਪਾਂ ਕਰਨੇ ਵੀ ਆ ਉਹ ਕਮਾਉਣੇ ਵੀ ਆ ਆਪਾਂ ਵੰਡ ਕੇ ਉਹਵੇਂ ਕਰਨਾ ਤਾਂ ਅਸੀਂ ਆਪਣੇ ਬੱਚਿਆਂ ਦੇ ਲਈ ਕਿਉਂਕਿ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਅੱਜ ਵੀ ਲੀਡਰਾਂ ਦੇ ਪਿੱਛੇ ਚਮਚੇ ਆਪਣੀਆਂ ਕੁਰਸੀਆਂ ਦੇ ਲੱਗੇ ਹੋਏ ਨੇ ਪਰ ਜਦੋਂ ਕਿਸੇ ਦੇ ਬੱਚਿਆਂ ਦੇ ਮਾਪੇ ਮਰਨਗੇ ਤੇ ਉਹ ਲਿਖ ਕੇ ਜਾਣਗੇ ਆਪਣੇ ਬੱਚਿਆਂ ਦੇ ਲਈ ਤਾਂ ਬੱਚੇ ਦਾ ਬਹੁਤ ਇੱਕ ਦਰਦ ਰਹਿੰਦਾ ਦਿਲ ਦੇ ਵਿੱਚ ਬਈ ਮੇਰੇ ਪਿਤਾ ਨੇ ਇਸ ਤਰ੍ਹਾਂ ਮਰੇ ਸੀ ਤੇ ਉਹ ਇਹਨਾਂ ਕਰਕੇ ਹੋਰ ਕਿਸੇ ਦੇ ਨਾਲ ਨਾ ਹੋਵੇ ਤਾਂ ਉਹ ਚੀਜ਼ ਜਦੋਂ ਉਸ ਬੱਚੇ ਦੇ ਦਿਲ ਦੇ ਵਿੱਚ ਪਾਉਗੀ ਤਾਂ ਉਹ ਮੇਰਾ ਖਿਆਲ ਆ ਫਿਰ ਉਹ ਕਿੰ ਚੰਗਾ ਲੀਡਰ ਹੋ ਕੇ ਹੋਏ ਜਬੇ ਬਾਣ ਲੱਗ ਗਿਆ ਤਬੈ ਰੋਸ ਜਾਗ ਗਿਆ ਬਿਲਕੁਲ ਬਾਈ ਤੇ ਜਿਵੇਂ ਗੱਲ ਆਪਾਂ ਹੋਰ ਇੱਕ ਮੈਂ ਇੱਥੇ ਕਹਾਣੀ ਵੀ ਇੱਕ ਸਾਂਝੀ ਕਰ ਦਵਾ ਤੇ ਮਹਾਰਾਜ ਕਿਸੇ ਨੂੰ ਇਹ ਬਿਮਾਰੀ ਭਿਆਨਕ ਨਾ ਲਾਵੇ ਜੋ ਛੂਤ ਦੀ ਬਿਮਾਰੀ ਹੋਈ ਹੈ ਤੇ ਉਹਦੇ ਵਿੱਚ ਇੱਕ ਇੱਕ ਐਮੀਨਾ ਰਾਜਾ ਸੀ ਬਾਈ ਰਾਜਾ ਬਹੁਤ ਜ਼ਾਲਮ ਸੀ ਤੇ ਕੋਈ ਜਦੋਂ ਇੱਕ ਹੱਕ ਮੰਗਣ ਦੇ ਲਈ ਆਪਣੇ ਆ ਉਸ ਰਾਜ ਦੇ ਮਹਿਲ ਵਿੱਚ ਜਾਣਾ ਚਾਹੁੰਦਾ ਸੀ ਤਾਂ ਰਾਜਾ ਆਪਣੇ ਸੈਨਿਕਾਂ ਨੂੰ ਕਹਿ ਕੇ ਉਹਨਾਂ ਨੂੰ ਉੱਥੋਂ ਭਜਵਾ ਦਿੰਦਾ ਸੀ ਤੇ ਨੌਬਤ ਆ ਜਾਂਦੀ ਹੈ ਕਿ ਬਹੁਤ ਭਿਆਨਕ ਬਿਮਾਰੀ ਆ ਜਾਂਦੀ ਹੈ ਲੋਕ ਇੰਨਾ ਡਰਨ ਲੱਗ ਗਏ ਉਹ ਤੋਂ ਜੋ ਇੰਨੀ ਮਾੜੀ ਸਜ਼ਾ ਦਿੰਦਾ ਸੀ ਵੀ ਜਦੋਂ ਵੀ ਕਿਸੇ ਨੇ ਨੌਕਰੀ ਲੈਣ ਪੈਸਾ ਲੈਣ ਕੋਈ ਆਪਣਾ ਹੱਕ ਲੈਣ ਜਾਣਾ ਇੰਨੀ ਭਿਆਨਕ ਸਜ਼ਾ ਦਿੰਦਾ ਸੀ ਲੋਕ ਉਹ ਤੋਂ ਇੰਨਾ ਦੂਰ ਰਹਿਣ ਲੱਗ ਗਏ ਡਰਨ ਲੱਗ ਗਏ ਨਾ ਤਾਂ ਉਹਦੇ ਕੋਲ ਕੋਈ ਫਿਰ ਡਾਕਟਰ ਨੇੜੇ ਲੱਗੇ ਬੈਦ ਨੇੜੇ ਲੱਗੇ ਉਸ ਸਮੇਂ ਦੇ ਕੋਈ ਨਹੀਂ ਨੇੜੇ ਲੱਗਦਾ ਸੀ ਇੱਕ ਵਾਰ ਕੀ ਹੋਇਆ ਰਾਜ ਨੂੰ ਬਹੁਤ ਭਿਆਨਕ ਬਿਮਾਰੀ ਹੋ ਗਈ ਛੂਤ ਦੀ ਬਿਮਾਰੀ ਤੜਫਣ ਲੱਗ ਗਿਆ ਰਾਜਾ ਉਹ ਆਪਣੇ ਸੈਨਿਕਾਂ ਨੂੰ ਵਜ਼ੀਰਾਂ ਨੂੰ ਬੁਲਾ ਕੇ ਕਹਿੰਦਾ ਵੀ ਵਧੀਆ ਬੈਦ ਲੈ ਕੇ ਆਓ ਵਧੀਆ ਬੈਦ ਤਾਂ ਹੁਣ ਉਹ ਲੱਭਦੇ ਜਾਂ ਬੈਦ ਤਾਂ ਤਾਂ ਆਉਂਦਾ ਜੇ ਉਹਨਾਂ ਨਾਲ ਕੋਈ ਕਦੇ ਪਪਲਾ ਕੀਤਾ ਹੋਊਗਾ ਬੈਦ ਵੀ ਲੋਕਾਂ ਵਿੱਚੋਂ ਹੀ ਆ ਲੋਕਾਂ ਚ ਹੋਈ ਐ ਡੰਡਾ ਭਰਾਇਆ ਉਹ ਸਾਰਾ ਕੁਝ ਕੀਤਾ ਹੋਇਆ ਤੇ ਉਬੈਦਾਂ ਨੂੰ ਵੀ ਫਿਰ ਯਾਦ ਸੀ ਤੇ ਜਦੋਂ ਲੱਬਿਆ ਭਾਲਿਆ ਬਹੁਤ ਜ਼ਿਆਦਾ ਕੋਈ ਜਾਣ ਨੂੰ ਤਿਆਰ ਨਹੀਂ ਰਾਜਾ ਕਹਿੰਦਾ ਇੰਨੀਆਂ ਸੋਨੇ ਦੀਆਂ ਮੋਹਰਾਂ ਰੱਖ ਦੋ ਤੇ ਇੰਨੀਆਂ ਰੱਖ ਦੋ ਹੋ ਸਕਦਾ ਲਾਲਚੀ ਹੋ ਕੇ ਕੋਈ ਨਾ ਕੋਈ ਮਿਲ ਜਾਂਦਾ ਪਰ ਪਤਾ ਇਹ ਵੀ ਤਾਂ ਸੀ ਵੀ ਇਹ ਛੂਤ ਦੀ ਬਿਮਾਰੀ ਐ ਤੇ ਬੈਦਨਾ ਤਾਂ ਨਬਜ਼ ਚੈੱਕ ਕਰਨੀ ਸੀ ਹੱਥ ਲਾ ਕੇ ਤੇ ਉਹਨੂੰ ਪਤਾ ਵੀ ਯਾਰ ਮੇਰੀਆਂ ਸੋਨੇ ਦੀਆਂ ਮੋਹਰਾਂ ਕਿਆ ਮੇਰੇ ਕਿਆ ਕੰਮ ਆਉਣੀਆਂ ਇਹ ਜਦੋਂ ਇਹਨੂੰ ਬਿਮਾਰੀਓ ਇੰਨੀ ਭਿਆਨਕ ਐ ਹੱਥ ਲਾਉਂਦੀ ਸਾਰੇ ਮਰ ਜਾਗਾ ਵੀ ਆਪਾਂ ਛੱਡ ਪਰਾਂ ਰਾਜੇ ਨੂੰ ਮਰਨ ਦੁੱਦ ਪਹਿਲਾਂ ਤਾਂ ਜਦੋਂ ਤਾਂ ਲੋੜ ਸੀ ਜਨਤਾ ਆਉਣਾ ਚਾਹੁੰਦੀ ਸੀ ਉਦੋਂ ਰਾਜੇ ਨੇ ਨਹੀਂ ਹਣ ਦਿੱਤੇ ਪਰਮਾਤਮਾ ਨੇ ਅਜਿਹਾ ਸਮਾਂ ਦਿਖਾਇਆ ਹੁਣ ਉਹ ਚਾਹੁੰਦਾ ਸੀ ਵੀ ਬੈਦ ਮੇਰੇ ਕੋਲ ਆਵੇ ਤੇ ਹੁਣ ਫਿਰ ਮਾਲਕ ਨੇ ਅਜਹੀ ਬਿਮਾਰੀ ਲਾਤੀ ਹੁਣ ਬੈਦ ਨਹੀਂ ਆ ਰਿਆ ਸੀ ਮਤਲਬ ਕਿ ਸਮਾਂ ਜਿਵੇਂ ਬਲਵਾਨ ਦੀ ਗੱਲ ਕੀਤੀ ਸੀ ਨਾ ਬਾਈ ਸਮਾਂ ਬਹੁਤ ਬਲਵਾਨ ਹੁੰਦਾ ਤੇ ਇਸ ਕਰਕੇ ਇਹ ਰਾਜੇ ਇੱਥੇ ਦੁਨੀਆਂ ਦੇ ਹੋ ਸਕਦੇ ਪਰ ਉਹ ਰਾਜੇ ਅੱਗੇ ਇਨਾ ਰਾਜਾਂ ਦੇ ਵੀ ਪੇਸ਼ ਨਹੀਂ ਚਲਦੀ ਜਦੋਂ ਮਾੜਾ ਸਮਾਂ ਆਉਂਦਾ ਮੈਂ ਤਾਂ ਇਹ ਕਹੂੰਗਾ ਅਰਦਾਸ ਵੀ ਕਿਸੇ ਨੂੰ ਕੁਝ ਨਾ ਹੋਵੇ ਯਾਰ ਸਾਡੇ ਦੁਸ਼ਮਣ ਨੂੰ ਵੀ ਕੁਝ ਨਾ ਹੋਵੇ ਪਰ ਸਮਾਂ ਇੰਨਾ ਭਿਆਨਕ ਆ ਬਾਈ ਤੇ ਫਿਰ ਇਹਨਾਂ ਨੇ ਤਰਸਣਾ ਵੀ ਹੁਣ ਡਾਕਟਰ ਬੁਲਾ ਦਿਓ ਜੀ ਤੇ ਆਪਾਂ ਚਾਹੁੰਦੇ ਆ ਵੀ ਠੀਕ ਹੋ ਜੀ ਫਿਰ ਡਾਕਟਰ ਨੇ ਵੀ ਨੇੜੇ ਨਹੀਂ ਲੱਗਣਾ ਤੇ ਇਸ ਕਰਕੇ ਪਹਿਲਾਂ ਆਪਣੇ ਜਿਹੜੇ ਕਰਮਾਂ ਨੂੰ ਚੰਗਾ ਕਰੀਏ ਚੰਗਾ ਲੋਕਾਂ ਦੇ ਲਈ ਜੇ ਅਸੀਂ ਰਾਜ ਮੰਗਿਆ ਹੈ ਸੇਵਾ ਕਰਨ ਦੀਆਂ ਗੱਲਾਂ ਸੀ ਕੀਤੀਆਂ ਤਾਂ ਸਾਨੂੰ ਕਰਨਾ ਚਾਹੀਦਾ ਕਿਉਂਕਿ ਜੇ ਅਸੀਂ ਇਤਿਹਾਸ ਵੀ ਦੇਖੀਏ ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਕਿਸ ਤਰ੍ਹਾਂ ਯਾਦ ਕੀਤਾ ਜਾਂਦਾ ਔਰੰਗਜ਼ੇਬ ਨੂੰ ਕਿਸ ਤਰ੍ਹਾਂ ਯਾਦ ਕੀਤਾ ਜਾਂਦਾ ਉਹ ਤਾਂ ਇਹਨਾਂ ਦੇ ਮੂਰੇ ਵੀ ਹੈਗਾ ਸੋ ਇਹਨਾਂ ਦੇ ਉੱਤੇ ਵੀ ਇਹ ਹਰ ਕਿਨਾਂ ਚਲੇ ਜਾਣਾ ਇਸ ਸੰਸਾਰ ਤੋਂ ਬਾਅਦ ਵੱਡੀ ਗੱਲ ਇਹ ਹੁੰਦੀ ਹੈ ਬਈ ਤੁਹਾਡੇ ਜਾਣ ਤੋਂ ਬਾਅਦ ਤੁਸੀਂ ਜਿਉਂਦੇ ਰਹਿੰਦੇ ਹੋ ਲੋਕਾਂ ਦੇ ਖਿਆਲਾਂ ਹਾਂ ਤੇ ਜੂੰਦੇ ਜੇ ਰਹਿੰਦੇ ਹੋ ਜੂੰਦਾ ਤਾਂ ਔਰੰਗਜ਼ੇਬ ਵੀ ਹੈ ਪਰ ਰਹਿੰਦੇ ਕਿਵੇਂ ਹੋ ਤੁਹਾਨੂੰ ਯਾਦ ਕਿਵੇਂ ਕੀਤਾ ਜਾਂਦਾ ਯਾ ਰੰਗਜੀਤ ਨੂੰ ਵੀ ਯਾਦ ਕਰਦੇ ਆ ਪਰ ਉਹਦਾ ਢੰਗ ਦੇਖੋ ਉਹਦੀ ਅੱਜ ਕੋਈ ਤੇਲ ਚੜਾਉਣ ਵਾਲਾ ਨਹੀਂ ਆ ਉਹਦੀ ਕਬਰ ਦੇ ਉੱਤੇ ਬਿਲਕੁਲ ਤੇ ਉਹ ਉਹ ਚੀਜ਼ਾਂ ਇਹਨਾਂ ਨੂੰ ਜ਼ਰੂਰ ਦੇਖਣੀਆਂ ਚਾਹੀਦੀਆਂ ਤੇ ਮਰ ਰਹੇ ਲੋਕਾਂ ਨੂੰ ਮੈਂ ਕਹਿੰਦਾ ਫਿਰ ਉਹਨਾਂ ਦੇ ਲਈ ਕੁਝ ਭਲਾ ਕਰਨਾ ਚਾਹੀਦਾ ਭਾਈ ਸਿਆਸੀ ਜਿਹੜੇ ਲੀਡਰ ਆ ਉਹ ਭਾਵੇਂ ਲੋਕਾਂ ਲਈ ਸਿਆਸਤ ਹੀ ਕਰਦੇ ਨੇ ਕਦੀ ਉਹਨਾਂ ਦੇ ਪੱਖਾਂ ਦੀ ਗੱਲ ਨਹੀਂ ਕੀਤੀ ਜਾਂਦੀ ਪਰ ਬਹੁਤ ਸਾਰੀ ਜਿਹੜੀ ਸੰਸਥਾਵਾਂ ਆ ਲੋਕਾਂ ਦੇ ਹੱਕ ਚ ਆਂਦੀਆਂ ਫਿਰ ਲੋਕਾਂ ਦੀ ਮਦਦ ਕਰਦੀਆਂ ਆ ਜਦੋਂ ਇਹ ਜੇ ਕਾਲ ਹੁੰਦੇ ਵੋਟਾਂ ਤਾਂ ਅਸੀਂ ਸਰਕਾਰਾਂ ਨੂੰ ਪਾਉਂਨੇ ਆਂ ਸਰਕਾਰਾਂ ਨੂੰ ਅਸੀਂ ਚੁਣਦੇ ਆਂ ਪਰ ਜਦੋਂ ਇਹ ਜੀ ਆਫਤ ਆਂਦੀ ਆ ਤਾਂ ਫਿਰ ਸੰਸਥਾਵਾਂ ਨੂੰ ਅੱਗੇ ਆਣਾ ਪੈਂਦਾ ਫਿਰ ਲੋਕਾਂ ਕੋਲ ਹੀ ਜਿਹੜੇ ਸਰਕਾਰਾਂ ਆ ਮਦਦ ਦੀ ਅਪੀਲ ਵੀ ਕਰਦੀਆਂ ਆ ਫਿਰ ਇਸ ਤਰ੍ਹਾਂ ਦੇਖਦੇ ਹੋਏ ਸਿਸਟਮ ਨੂੰ ਕਿ ਜੇ ਅਸੀਂ ਸਰਕਾਰਾਂ ਨੂੰ ਵੋਟਾਂ ਪਾਈਆਂ ਤਾਂ ਸਾਨੂੰ ਉਹਨਾਂ ਤੋਂ ਹੱਕ ਵੀ ਉਸ ਤਰ੍ਹਾਂ ਤਾਂ ਮਿਲਣਾ ਚਾਹੀਦਾ ਫਿਰ ਉਸ ਟਾਈਮ ਕਿਉਂ ਜਿਹੜਾ ਲੋਕਾਂ ਨੂੰ ਅੱਗੇ ਆਂਦਾ ਇਹ ਤਾਂ ਨਹੀਂ ਕਿ ਲੋਕਾਂ ਨੇ ਆਪਣੀ ਸੰਸਥਾਵਾਂ ਬਣਾ ਕੇ ਹੀ ਸਰਕਾਰਾਂ ਨੂੰ ਸਿਰ ਚੜ੍ਹਾ ਲਿਆ ਕਿ ਜਦੋਂ ਆਫਤ ਆਂਦੀ ਹੈ ਫਿਰ ਸਰਕਾਰਾਂ ਕਹਿੰਦੀ ਹੁਣ ਸੰਸਥਾਵਾਂ ਹੀ ਅੱਗੇ ਆਣਗੀਆਂ ਇਹ ਸੰਸਥਾਵਾਂ ਅੱਗੇ ਆਉਣ ਤੁਹਾਨੂੰ ਕੀ ਲੱਗਦਾ ਬਈ ਇਹ ਅਪੀਲਾਂ ਇਸ ਕਰਕੇ ਕੀਤੀਆਂ ਜਾਂਦੀਆਂ ਬਈ ਇਹਨਾਂ ਕੋਲ ਪੈਸਾ ਖਤਮ ਹੋ ਗਿਆ ਇਹ ਤਾਂ ਦਿਖਾਉਣਾ ਹੁੰਦਾ ਏ ਬਈ ਮੈਂ ਤੈਨੂੰ ਵੱਡਾ ਕਰਕੇ ਪੇਸ਼ ਕਰਤਾ ਭਾਈ ਤੇ ਹੁਣ ਯਾਦ ਰੱਖੀ ਤੇ ਤੇਰਾ ਨਾਮ ਕਰਤਾ ਬਈ ਜਦੋਂ ਔਕੜ ਪਈਆ ਤਾਂ ਸਰਕਾਰ ਵੀ ਇਹਨਾਂ ਦੀ ਹੈਲਪ ਲਈ ਐ ਤੇ ਨਾ ਕੀਤੀ ਤੇ ਫਿਰ ਵੋਟਾਂ ਵੀ ਤਾਂ ਅਗਲੇ ਸਾਲ ਹੀ ਐ ਉਹ ਤੁਸੀਂ ਉਹਨਾਂ ਵੱਡਿਆਂ ਧਾਰਿਆਂ ਦੀ ਗੱਲ ਕਰ ਰਹੇ ਹੋ ਜਿਨ੍ਹਾਂ ਨੇ ਲੋਕ ਪਿੱਛੇ ਲਗਾਏ ਹੋਏ ਨੇ ਆਪਣੇ ਆਪਣਾ ਧੰਦਾ ਚਲਾ ਰਹੇ ਆ ਤੇ ਸਰਕਾਰ ਉਹਨਾਂ ਤੋਂ ਫਿਰ ਮਦਦ ਦਾ ਦਿਖਾਵਾ ਕਰਦੀ ਆ ਤੇ ਵੋਟਾਂ ਵੇਲੇ ਉਹਨਾਂ ਨੂੰ ਵਰਤਦੀ ਆ ਦਿਖਾਵਾ ਹੀ ਆ ਇਹ ਵੋਟਾਂ ਦੇ ਵੀ ਹੁਣ 2000 ਜੇ ਇਹ ਆਫਤ ਕਿਤੇ 17 18 ਦੇ ਵਿੱਚ ਆਈ ਹੁੰਦੀ ਮੈਂ ਕਹਿੰਦਾ ਨਾਮ ਹੀ ਨਹੀਂ ਸੀ ਲੈਣਾ ਇਹਨਾਂ ਨੇ ਪਰ ਉਹ ਦਿਖਾਉਣਾ ਹੁੰਦਾ ਨਾ ਵੀ ਆਹ ਸਤਗੁਰੂ ਜੀ ਉਹ ਸਤਗੁਰੂ ਜੀ ਹਨਾ ਕਹਿ ਕੇ ਤੇ ਸਤ ਗੁਰੂ ਤਾਂ ਉਹ ਐ ਯਾਰ ਉਹ ਤੋਂ ਮੰਗੋ ਜੇ ਤੁਹਾਡੇ ਕੋਲ ਨਹੀਂ ਹੈਗੀ ਨਾ ਫਿਰ ਜੇ ਤੁਸੀਂ ਹੋਰਾਂ ਤੋਂ ਹੀ ਫਿਰ ਉਹਨਾਂ ਨੂੰ ਅਸੀਂ ਮੁੱਖ ਮੰਤਰੀ ਬਣਾ ਦਿੰਦੇ ਆ ਆਖਿਰ ਨੂੰ ਜਿਨ੍ਹਾਂ ਤੋਂ ਤੁਸੀਂ ਮਦਦ ਮੰਗਦੇ ਹੋ ਫਿਰ ਉਹਨਾਂ ਨੂੰ ਨਾ ਮੁੱਖ ਮੰਤਰੀ ਬਣਾ ਦਈਏ ਫਿਰ ਤੁਹਾਨੂੰ ਕਾਹਦੇ ਮੁੱਖ ਮੰਤਰੀ ਬਣਾਇਆ ਮੁੱਖ ਮੰਤਰੀ ਤਾਂ ਐਸੇ ਕਰਕੇ ਹੁੰਦਾ ਬਈ ਜੇ ਸਾਨੂੰ ਕੋਈ ਲੋੜ ਪੈਂਦੀ ਐ ਤਾਂ ਰਾਜਾ ਕੰਮ ਆਵੇ ਤੇ ਰਾਜਾ ਤਾਂ ਆਪ ਭਿਖਾਰੀ ਬਣਿਆ ਹੋਇਆ ਤੇ ਰਾਜ ਨੇ ਕੀ ਕੰਮ ਹੋਣਾ ਉਹ ਇੱਕ ਇਸ਼ਾਰਾ ਐ ਉਹ ਉਹ ਰਾਜਨੀਤੀ ਦੀ ਇੱਕ ਉਹ ਟੰਗ ਹੁੰਦਾ ਬਾਈ ਕਹਿਣ ਦਾ ਤੇ ਉਹ ਵੱਡਾ ਕਰਨਾ ਹੁੰਦਾ ਏ ਤੇ ਜਿਹਦੇ ਪਿੱਛੇ ਹਜ਼ੂਮ ਲੱਗਿਆ ਹੋਇਆ ਉਹਨਾਂ ਨੂੰ ਹੀ ਕਿਉਂ ਸਾਡੇ ਰਵੀ ਸਿੰਘ ਜੀ ਖਾਲਸਾਡ ਵਾਲੇ ਨਹੀਂ ਯਾਦਾ ਹੂੰ ਉਹ ਕਿਉਂਕਿ ਉਹਨਾਂ ਨੇ ਰਵੀ ਸਿੰਘ ਜੀ ਨੇ ਜਿੱਥੇ ਸਰਕਾਰਾਂ ਦੀ ਨਲਾਇਕੀ ਆ ਜਾਂਦੀ ਉਹਨਾਂ ਨੇ ਬੋਲ ਦੇਣਾ ਹੁੰਦਾ ਹੂੰ ਤੇ ਇਸ ਕਰਕੇ ਉਹ ਨਾਮ ਨਹੀਂ ਆਉਂਦੇ ਇਹ ਇਸ਼ਾਰਾ ਹੀ ਹੁੰਦੇ ਆ ਬਾਈ ਵਰਤਿਆ ਉਹਨਾਂ ਨੂੰ ਜਾਂਦਾ ਜਿਹੜੇ ਨਾਲ ਬਾਅਦ ਚ ਕੰਮ ਆਉਣ ਸੋ ਇੱਕ ਗੱਲ ਹੋਰ ਹੈ ਕਿ ਕਰੋਨਾ ਦੀ ਬਿਮਾਰੀ ਦੀ ਅਸੀਂ ਗੱਲ ਕਰਦੇ ਆ ਪਿਛਲੇ ਸਾਲ ਵੀ ਕਰੋਨਾ ਦਾ ਜਿਹੜਾ ਪ੍ਰਕੋਪ ਕਾਫੀ ਵਧਿਆ ਤੁਸੀਂ ਵੀ ਇਸ ਬਿਮਾਰੀ ਦੇ ਵਿੱਚੋਂ ਨਿਕਲੇ ਹੋ ਤੇ ਕੁਝ ਲੋਕ ਅਜੇ ਵੀ ਅਸੀਂ ਦੇਖਦੇ ਹਾਂ ਕਿ ਬਿਲਕੁਲ ਇੱਕ ਲਾਪਰਵਾਹੀ ਹੁੰਦੀ ਹੈ ਤੇ ਇੱਕ ਵੇਪਰਵਾਹੀ ਹੁੰਦੀ ਹੈ ਵੇਪਰਵਾਹ ਬੰਦਾ ਹੋਣਾ ਚਾਹੀਦਾ ਹੈ ਹੋ ਜਾਂਦਾ ਹੈ ਚੱਲ ਜਾਂਦਾ ਹੈ ਪਰ ਬੰਦੇ ਨੂੰ ਲਾਪਰਵਾਹੀ ਨਹੀਂ ਹੋਣਾ ਚਾਹੀਦਾ ਹੁਣ ਜਦੋਂ ਕਰੋਨਾ ਦਾ ਸਵਾਲ ਆਉਂਦਾ ਤਾਂ ਕਈ ਬੰਦੇ ਤਾਂ ਅੱਗੇ ਜਵਾਬ ਹੁੰਦਾ ਕੋਈ ਨਾ ਤੇ ਕਰੋਨਾ ਸਵਾਲ ਹੁੰਦਾ ਤਾਂ ਕੋਈ ਨਾ ਫਿਰ ਜਵਾਬ ਬਣ ਜਾਂਦਾ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਦੇਖੋ ਜੀ ਮੈਂ ਇਹ ਕਵਾਂਗਾ ਵੀ ਕਰੋਨਾ ਨੂੰ ਜਿਵੇਂ ਵੇਪਰਵਾਹ ਹੋ ਜਾਓ ਵੀ ਜਦੋਂ ਤੁਹਾਨੂੰ ਹੋ ਗਿਆ ਠੀਕ ਆ ਵੀ ਹੋ ਗਿਆ ਯਾਰ ਆਪਾਂ ਹੁਣ ਕੁਝ ਨਹੀਂ ਸੋਚ ਰਹੇ ਹੋਣਾ ਸੀ ਹੋ ਗਿਆ ਪਰ ਹਾਂ ਲਾ ਪਰਵਾਹ ਨਾ ਹੋਵੋ ਵੀ ਚਾਰ ਬੰਦੇ ਬੈਠੇ ਆ ਜੀ ਉੱਥੇ ਜਾ ਕੇ ਹੱਥ ਮਲਾਈ ਜਾਓ ਇਹ ਕਰੀ ਜਾਓ ਦੇਖੋ ਭਾਈ ਜੀ ਆਫਤ ਹੈਗੀ ਆ ਜਦੋਂ ਕਰੋਨਾ ਮੈਨੂੰ ਹੁੰਦਾ ਤਾਂ ਉਦੋਂ ਮੈਂ ਵੀ ਤਕਲੀਫ ਚੱਲੀ ਆ ਇਹ ਤੇ ਇੱਕ ਇੱਕ ਵਾਰ ਤੇ ਐਵੇਂ ਹੋ ਗਿਆ ਸੀ ਵੀ ਹੋਣੇ ਗਿਆ ਤੜਕੇ ਨੂੰ 3 ਵਜੇ ਮੈਂ ਫੋਨ ਕਰਤਾ ਸੱਜਣ ਸੈਣੀ ਨੂੰ ਤੇ ਉਹ ਬੰਦੇ ਨੇ ਮੇਰਾ ਇੰਨਾ ਸਾਥ ਦਿੱਤਾ ਕਈ ਤਾਂ ਕਹਿੰਦੇ ਆ ਵੀ ਯਾਰ ਇਹੋ ਜਿਹੇ ਮੌਕੇ ਦੇ ਵਿੱਚ ਬਿਕਨੇ ਹਾਂ ਨੇੜੇ ਨਹੀਂ ਲੱਗਦਾ ਗੱਲ ਫੇਰ ਉਹੀ ਸ਼ੂਤ ਦੀ ਬਿਮਾਰੀ ਦੀ ਆ ਜਾਂਦੀ ਐ ਆਪਾਂ ਕਿਸੇ ਦੇ ਲਈ ਕੁਝ ਕੀਤਾ ਸੀ ਨਾ ਸੈਣੀ ਦੇ ਨਾਲ ਮੇਰਾ ਪਿਆਰ ਸੀ ਤਾਂ ਉਹ ਪਿਆਰ ਆਪਣਾ ਸਿਰ ਪੈਸੇ ਕਰਕੇ ਨਹੀਂ ਸੀ ਨਾ ਇਸ ਕਰਕੇ ਆ ਗਿਆ ਕੋਈ ਸਵਾਰਥ ਦਾ ਪਿਆਰ ਨਹੀਂ ਸੀ ਇਸ ਕਰਕੇ ਬੰਦਾ ਮਰਦੇ ਕੋਲ ਵੀ ਆ ਗਿਆ ਤੇ ਉਹਨਾਂ ਮੈਨੂੰ ਕਿਹਾ ਮੈਂ ਤੁਹਾਡੇ ਕੋਲ ਖੜਾ ਕਹਿੰਦਾ ਬਾਈ ਯਾਰ ਤੁਸੀਂ ਡਰੋ ਨਾ ਮੈਂ ਨਾਲ ਖੜਾ ਹੱਥ ਲੈ ਆ ਹੱਥ ਰੱਖ ਲਿਆ ਕਹਿੰਦਾ ਤੇ ਇੰਨਾ ਹੋ ਨਹੀਂ ਉਹਨਾਂ ਮੈਨੂੰ ਇੰਨਾ ਉਹ ਕੀਤਾ ਮਤਲਬ ਪਰ ਮੇਰੀ ਪ੍ਰੋਬਲਮ ਤਾਂ ਮੈਨੂੰ ਹੈਗੀ ਸੀ ਸਾਧ ਵੀ ਮੈਨੂੰ ਪ੍ਰੋਬਲਮ ਹੋਣ ਲੱਗੀ ਸੀ ਪਰ ਮੈਂ ਇਹ ਜ਼ਰੂਰ ਕਹਾਂਗਾ ਵੀ ਇਸ ਬਿਮਾਰੀ ਤੋਂ ਇਹਦਾ ਜਿੰਨਾ ਪਰਹੇਜ਼ ਕਰ ਸਕਦੇ ਹੋ ਜਿੰਨਾ ਆਪਾਂ ਬਚ ਸਕਦੇ ਆ ਬਚੀਏ ਪਰ ਜਿਹੜਾ ਡਰਨ ਦੀ ਗੱਲ ਹੈ ਡਰਨਾ ਨਹੀਂ ਆ ਬਾਈ ਡਰਨ ਦੇ ਨਾਲ ਹੀ ਮੌਤਾਂ ਹੋ ਰਹੀਆਂ ਨੇ ਸੋ ਜ਼ਰੂਰ ਆਪਾਂ ਇਸ ਬਿਮਾਰੀ ਨੂੰ ਰਲ ਕੇ ਜਿਹੜਾ ਹੈਗਾ ਫਤਿਹ ਕਰਨਾ ਹੈ ਇਸ ਤੋਂ ਤੇ ਦੂਜੀ ਰਾਹਤ ਦੀ ਖਬਰ ਇਹ ਵੀ ਆ ਵੀ 4 ਲੱਖ ਤੋਂ ਜਿਹੜੇ ਉੱਤੇ ਜਿਹੜੇ ਕੇਸ ਰੋਜ਼ ਜਾ ਰਹੇ ਸੀਗੇ ਤਾਂ ਉਹ ਹੁਣ 3,68,000 ਤੇ ਆ ਗਿਆ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਵੀ 3,68,000 ਕਾਲੂ 3 ਲੱਖ ਹੋ ਜਾਣ ਫਿਰ 2 ਹੋ ਜਾਣ 1 ਹੋ ਜਾਣ ਤੇ ਇਸੇ ਤਰ੍ਹਾਂ ਇਹ ਬਿਮਾਰੀ ਖਤਮ ਹੋ ਜੇ ਸੋ ਮੁੱਦਾ ਇਹ ਹੈ ਕਿ ਲੋਕਾਂ ਨੂੰ ਲੋੜ ਹੈ ਹੌਸਲੇ ਨਾਲ ਇਸ ਬਿਮਾਰੀ ਦਾ ਕਿ ਸਾਹਮਣਾ ਕੀਤਾ ਜਾਵੇ ਸਰਕਾਰਾਂ ਦੇ ਵੀ ਤੁਸੀਂ ਰੋਲ ਦੇਖ ਰਹੇ ਹੋ ਕਿ ਸਰਕਾਰਾਂ ਕਿਸ ਤਰ੍ਹਾਂ ਰੋਲ ਨਿਭਾਰੀਆਂ ਉਹਦਾ ਜਵਾਬ ਵੀ ਸਾਡੇ ਲੋਕਾਂ ਨੂੰ ਚਾਹੀਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਨੂੰ ਵੀ ਦਿੱਤਾ ਜਾਵੇ ਕਿਉਂਕਿ ਸਰਕਾਰਾਂ ਨੂੰ ਜੋ ਜਵਾਬ ਹੈ ਉਹ ਇਲੈਕਸ਼ਨ ਦੇ ਵਿੱਚ ਤੁਸੀਂ ਬਾਖੂਪੀ ਦਿਓਗੇ ਜੋ ਅੱਜ ਤੁਸੀਂ ਦੇਖੋਗੇ ਕਿ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਕੀਤੀ ਜਾ ਰਹੀ ਹੈ ਪਰ ਜੋ ਭਿਆਨਕ ਬਿਮਾਰੀ ਹੈ ਜਿਸ ਤਰ੍ਹਾਂ ਦੀਆਂ ਖਬਰਾਂ ਨੇ ਉਸ ਦੇ ਵਿੱਚ ਡਰ ਦਾ ਜੋ ਮਾਹੌਲ ਸਿਰਜਿਆ ਜਾਂਦਾ ਜੋ ਡਰ ਦਾ ਮਾਹੌਲ ਬਣਾਇਆ ਜਾਂਦਾ ਉਹਨਾਂ ਡਰਨ ਦੀ ਲੋੜ ਨਹੀਂ ਹੌਸਲਾ ਰੱਖਣ ਦੀ ਲੋੜ ਹੈ ਬਿਮਾਰੀ ਘਟ ਵੀ ਰਹੀ ਹੈ ਉਮੀਦ ਕਰਦੇ ਹਾਂ ਕਿ ਜਲਦੀ ਇਹ ਬਿਮਾਰੀ ਜਿਹੜੀ ਹੈਗੀ ਹੈ ਇਹ ਸਾਡੇ ਸਮਾਜ ਦਾ ਸਾਡੇ ਲੋਕਾਂ ਦਾ ਖਹਿੜਾ ਛੱਡ ਦੇਗੀ ਤੇ ਜਲਦੀ ਲੋਕੀ ਤੰਦਰੁਸਤ ਹੋਣਗੇ ਸਮਾਜ ਪਹਿਲਾਂ ਵਾਂਗ ਆਪਣੀ ਲੀਹ ਤੇ ਉੱਤੇ ਪੈ ਜਾਵੇਗਾ ਤੇ ਆਪਣੀ ਉਸੇ ਤਰ੍ਹਾਂ ਰਫ਼ਤਾਰ ਦੇ ਉੱਤੇ ਜ਼ਿੰਦਗੀ ਚੱਲੇਗੀ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ